ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਅਤੇ ਗੁੱਡ ਮਾਰਨਿੰਗ ਆ। ਗੱਡੀ ਠੀਕ ਕਰਾਉਣੀ ਹੈ ਹੁਣ ਆਪਾਂ ਅਤੇ ਗੋਰਾ ਲੱਗਾ ਗੱਡੀ ਧੋਣ ਹਲ ਬਾਕੀ ਦੇ ਰਹੇ ਧੱਕਾ ਧੁੱਕਾ ਲਾ ਕੇ ਸਟਾਰਟ ਕਰਦੇ ਹਾਂ ਇਹਨੂੰ ਹੁਣ ਆਪਾਂ ਦੇਖਦੇ ਹਾਂ ਕਿੱਦਾਂ ਹੁੰਦੀ ਹੈ। ਸਵੇਰੇ ਮੈਂ ਗਰਮ ਪਾਣੀ ਵੀ ਪਾਇਆ ਸੀ ਇਹਦੇ ਰੇਡੀਏਟਰ ਦੇ ਉੱਤੇ ਸੋਰੀ ਹੈੱਡ ਦੇ ਉੱਤੇ ਪਰ ਸਟਾਰਟ ਨਹੀਂ ਹੋਈ। ਹੁਣ ਦੇਖਦੇ ਹਾਂ ਸਟਾਰਟ ਕਰਕੇ ਇੱਕ ਟੈਲਫ ਮਾਰ ਕੇ ਸੈਲਫ ਚੱਕਦੀ ਨਹੀਂ ਮਾਰਤੀਆਂ ਸੈਲਫਾਂ ਜਿੰਨੀਆਂ ਮਾਰਨੀਆਂ ਸੀ ਬੈਟਰੀ ਡੈਡ ਹੋ ਗਈ ਫੇਰ ਪਹਿਲਾਂ ਹੀ ਡੈਡ ਆ ਉਹ ਆਹੋ ਧੱਕਾ ਲਾਉਣਾ ਪੈਣਾ ਪੰਪ ਮਾਰ ਲਓ ਜੀ ਗੱਡੀ ਰਾਹ 'ਚ ਖੜੀ ਆ ਧੱਕਾ ਮਾਰ ਮਾਰ ਗੋਰਾ ਤਾਂ ਹੰਭ ਗਿਆ ਪੂਰਾ ਉੱਠ ਜਾ ਉੱਠ ਜਾ ਥੋੜ੍ਹਾ ਜਲੂਸ ਨਾ ਘੜਾ ਲਓ ਜੀ ਆਟੋ ਨਾ ਹੁਣ ਪਾਇਆ ਆਪਾਂ ਟੋਚਨ ਤਾਂ ਦੇਖਦੇ ਹਾਂ ਸਟਾਰਟ ਹੁੰਦੀ ਕਿ ਨਹੀਂ ਹੁੰਦੀ ਕਰ ਕਰਾ ਕੇ ਦੁਕਾਨ 'ਤੇ ਲੈਂਦੀ ਆ ਟੋਚਨ ਪਾ ਕੇ ਉਹ ਭਰਾਵਾ ਰੱਬ ਦੇ ਵਾਸਤਾ ਟੋਚਨ ਪਾਉਣ ਲੱਗੇ ਗੱਡੀ ਦੇ ਟੋਨਾ ਭਾਜੀ ਲੱਗਾ ਸਾਡਾ ਫੋਨ ਟੋਚਨ ਗੱਡੀ ਦੇ ਟਾਇਰਾਂ 'ਤੇ ਵੀ ਮੱਥਾ ਡੇ ਦਿੰਦੇ ਤੈਨੂੰ ਵੀ ਡੇ ਦਿੰਦੇ ਭਰਾ ਦੂਜਾ ਗੱਡੀ ਬਾਹਰ ਕਰਾਤਾ ਭਾਜੀ ਬਹੁਤ ਧੱਕਾ ਮਾਰਿਆ ਉੱਤਰੋਂ ਲੱਗੇ ਆ ਸਟਾਰਟ ਕਰਨ ਮੀਟਰ ਲਾ ਲਈ ਤੇਲ ਆਉਣ ਲੱਗ ਪਿਆ ਭਾਈ ਹਵਾ ਨਿਕਲ ਗਈ ਇਹਦਾ ਮਤਲਬ ਕਰ ਦਿਓ ਭਰਾਵਾ ਸਟਾਰਟ ਗੱਡੀ ਹੋ ਗਈ ਸਟਾਰਟ ਮੈਨੂੰ ਹੁਣ ਲੈ ਕੇ ਜਾਵਾਂਗੇ ਧੋਣ ਵਾਸਤੇ ਬਹੁਤ ਮੁਸ਼ਕਤ ਹੋਈ ਆ ਓਏ ਗੋਰੇ ਉੱਠ ਜਾ ਵਿੱਚੇ ਬੈਠੇ ਰਹਿਣਾ ਬਾਹਰ ਆ ਜਾ ਓਏ ਕਿ ਤੁਸੀਂ ਬਹੁਤ ਲੂ ਬਾਲਣ ਕੀਤਾ ਬਾਹਰ ਆ ਜਾ ਬਾਹਰ ਆ ਜਾ ਬਾਹਰ ਇਹ ਆਪਣੇ ਮਕੈਨਿਕ ਭਾਈ ਨੇ ਸਟਾਰਟ ਕਰ ਦਿੱਤੀ ਹੈ ਪਰ ਬਹੁਤ ਮੁਸ਼ਕਲ ਨਾਲ ਹੋਈ ਸਟਾਰਟ ਲਓ ਵੀ ਮਿੱਤਰੋ ਗੱਡੀ ਆਪਣੀ ਹੋ ਗਈ ਆ ਰੈਡੀ ਅਤੇ ਹੁਣ ਆਪਾਂ ਚੱਲੇ ਹਾਂ ਇਹਨੂੰ ਧੋਣ ਵਾਸਤੇ ਓਏ ਗੋਰੇ ਮੈਂ ਸਾਰਾ ਡਰਾਈਵਰ ਲੱਗਾ ਮੋਰੇ ਬੈਠ ਹੁੰਦਾ ਤੈਨੂੰ ਯਾਰ ਚੰਗਾ ਬੰਦਾ ਤੂੰ ਜਲਦੀ ਆ ਜਲਦੀ ਧੋਣ ਹੀ ਦੇਣੀ ਗੱਡੀ ਹੁਣ ਉੱਥੇ ਲਾਗੇ ਦੇ ਦੇਣੀ ਆਪਾਂ ਆਪਣੇ ਲਾਗੇ ਅਚਾਨਕ ਇੰਨੇ ਵਜੇ ਲੱਗ ਜਾਣੇ ਆ ਠੀਕ ਕਰਾ ਕੇ ਹੁਣ ਗੱਡੀ ਆਪਾਂ ਧੋਣੀ ਦੇ ਕੇ ਆਏ ਆ ਵਾਸ਼ ਕਰਾਉਣੀ ਅੰਦਰੋਂ ਵੈਕਿਊਮ ਤੇ ਬਾਹਰੋਂ ਧੋ ਆਉਣਾ ਚੰਗੀ ਤਰ੍ਹਾਂ ਧੋ ਦੇਣਗੇ ਉਹ ਧੋ ਤਾਂ ਆਪਾਂ ਘਰੇ ਵੀ ਲੈਣੀ ਸੀ ਕਿਉਂਕਿ ਗੱਡੀ ਖਰਾਬ ਸੀ ਠੀਕ ਵੀ ਕਰਾਉਣੀ ਸੀ ਅਤੇ ਮੁਸ਼ਕਲ ਬਹੁਤ ਆਈ ਅੱਜ ਬਹੁਤ ਮੁਸ਼ਕਲ ਨਾਲ ਗੱਡੀ ਸਟਾਰਟ ਹੋਈ ਸਟਾਰਟ ਕਰਕੇ ਫਿਰ ਲੈ ਕੇ ਆਏ ਹੈ ਜੀ ਬਹੁਤ ਜ਼ਿਆਦਾ ਦਿੱਕਤ ਹੋਈ ਆ ਬਾਕੀ ਕੱਲ੍ਹ ਸ਼ਾਇਦ ਸਾਡਾ ਰੂਟ ਲੱਗੇ ਕਿਸੇ ਧਾਰਮਿਕ ਸਥਾਨ 'ਤੇ ਜਾਣਾ ਦੇਖਦੇ ਹਾਂ ਵੀ ਜਾਣਾ ਸਾਨੂੰ ਤਾਂ ਪਤਾ ਵੀ ਕਿੱਥੇ ਜਾਣਾ ਪਰ ਤੁਹਾਨੂੰ ਅਸੀਂ ਦੱਸਾਂਗੇ ਐਟ ਏ ਟਾਈਮ 'ਤੇ ਦੱਸਾਂਗੇ ਵੀ ਕਿੱਥੇ ਜਾਣਾ ਹੈ ਬਣੇ ਰਹੋ ਵਲੌਗ ਦੇ ਨਾਲ ਅਤੇ ਪਹਿਲਾਂ ਗੱਡੀ ਹੁਣ ਧੋਣੀ ਦਿੱਤੀ ਫਿਰ ਲੈ ਕੇ ਆਵਾਂਗੇ ਸਾਰਾ ਰਿਵਿਊ ਪਾਉਂਦੇ ਤੁਹਾਨੂੰ ਵਧੀਆ ਤਰੀਕੇ ਨਾਲ ਵੀਡੀਓ ਜ਼ਰੂਰ ਦੇਖੋ ਪੂਰੀ ਲਓ ਵੀ ਮਿੱਤਰੋ ਗੱਡੀ ਵਾਸ਼ ਹੋ ਗਈ ਆ ਠੀਕ ਵੀ ਕਰਾ ਲਈ ਅਤੇ ਵਾਸ਼ ਵੀ ਕਰਾ ਲਈ ਆ ਅਤੇ ਹੁਣ ਚੱਲੇ ਆ ਘਰ ਨੂੰ ਲੈ ਕੇ ਭਾਜੀ ਮਿਹਰਬਾਨੀ ਧੰਨਵਾਦ ਓਕੇ ਹੈ ਓਕੇ ਜੀ ਓਕੇ ਲਓ ਵੀ ਮਿੱਤਰੋ ਗੱਡੀ ਹੋ ਗਈ ਆਪਣੀ ਰੈਡੀ ਅਤੇ ਹੁਣ ਆਪਾਂ ਚੱਲੇ ਹਾਂ ਘਰ ਨੂੰ ਗੱਡੀ ਛੱਡਣ ਅਤੇ ਇਹਦਾ ਇੱਦਾਂ ਆ ਵੀ ਟਾਟਾ ਦੀ ਗੱਡੀ ਦਾ ਇਹ ਫਾਇਦਾ ਆ ਵੀ ਇਹਦਾ ਸਪੇਅਰ ਪਾਰਟ ਜਿਹੜਾ ਉਹ ਥੋੜ੍ਹਾ ਸਸਤਾ ਮਿਲ ਜਾਂਦਾ ਗੱਡੀ ਮੈਂ ਦੁਕਾਨ 'ਤੇ ਲੈ ਕੇ ਜਾਣੀ ਸੀ ਪਰ ਹੁਣ ਰੋਡ
ਰੋਡ ਸਾਰੇ ਪਟ ਹੋਇਆ ਇੱਧਰਲਾ ਬੁਰਾ ਹਾਲ ਆ ਰੋਡ ਦਾ ਇਸ ਕੋਲ ਮੈਂ ਜਾ ਰਿਹਾ ਘਰ ਨੂੰ ਅਤੇ ਕੱਲ੍ਹ ਨੂੰ ਆਪਾਂ ਜਾਣਾ ਕਿਸੇ ਧਾਰਮਿਕ ਸਥਾਨ 'ਤੇ ਦੱਸਣਾ ਨਹੀਂ ਹੈਗਾ ਆਪਾਂ ਵੀ ਜਾਣਾ ਕਿੱਥੇ ਆ ਬਸ ਉੱਥੇ ਪਹੁੰਚ ਕੇ ਪਤਾ ਲੱਗੇ ਤੁਹਾਨੂੰ ਵੀਡੀਓ ਦੇਖਦੇ ਰਿਹਾ ਕਰੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਮੋਰਨਿੰਗ ਸਾਰਿਆਂ ਨੂੰ ਅਤੇ ਗੱਡੀ ਕਰ ਲਈ ਆ ਸਟਾਰਟ ਅਤੇ ਥੋੜ੍ਹੀ ਦੇਰ ਤੱਕ ਆਪਾਂ ਘਰੋਂ ਤੁਰਾਂਗੇ ਅਤੇ ਅੱਜ ਚੱਲੇ ਹਾਂ ਧਾਰਮਿਕ ਸਥਾਨ 'ਤੇ ਅਤੇ ਹਾਲੇ ਆਪਾਂ ਦੱਸਣਾ ਨਹੀਂ ਤੁਹਾਨੂੰ ਵੀ ਚੱਲੇ ਕਿੱਥੇ ਆ ਪਰ ਚੱਲੇ ਧਾਰਮਿਕ ਸਥਾਨ 'ਤੇ ਹੀ ਆ ਵੀਡੀਓ ਨੂੰ ਦੇਖਦੇ ਰਹੋ ਅਤੇ ਲਓ ਵੀ ਮਿੱਤਰੋ ਤੁਰ ਪਏ ਆ ਸਫ਼ਰ ਸ਼ੁਰੂ ਕਰ ਲਿਆ ਆ ਅਤੇ ਗੋਰਾ ਰਾਹ ਦੇ ਵਿੱਚ ਮਿਲੂਗਾ ਸਾਨੂੰ ਲੀਜ਼ਮ ਗੇਟ ਦੇ ਮੂਹਰੇ ਉਹਨੂੰ ਵੀ ਚੱਕਣਾ ਆ ਅਤੇ ਸਰਵਿਸ ਵਗੈਰਾ ਕੱਲ੍ਹ ਕਰਾ ਲਈ ਸੀ ਸਾਰੀ ਗੱਡੀ ਠੀਕ ਕਰਾ ਲਈ ਸੀ ਉਹ ਸਵੇਰ ਦੇ ਵੱਜ ਗਏ ਆ 7:30 ਅਤੇ ਅਸੀਂ ਲੱਗੇ ਹਾਂ ਤੁਰਨ ਅਤੇ ਬਣੇ ਰਹੋ ਬਲੌਗ ਦੇ ਨਾਲ ਅਤੇ ਵਧੀਆ ਵਧੀਆ ਤੁਹਾਨੂੰ ਚੀਜ਼ਾਂ ਦਿਖਾਉਂਦੇ ਰਾਹ ਦੇ ਵਿੱਚ ਅੱਜ ਆਪਾਂ ਮਿੱਤਰੋ ਪੈ ਗਏ ਆ ਮੇਨ ਰੋਡ 'ਤੇ ਹੁਸ਼ਿਆਰਪੁਰ ਵਾਲੇ 'ਤੇ ਗੱਡੀ 'ਤੇ ਵੀ ਉਸ ਜੀ ਜੰਮੀ ਆ ਹਾਲੇ ਜਿੱਦਾਂ ਜਿੱਦਾਂ ਧੁੱਪ ਨਿਕਲਣੀ ਆ ਉੱਦਾਂ ਉੱਦਾਂ ਸਾਫ ਹੋਊਗੀ ਅਤੇ 100 ਤੋਂ ਥੱਲੇ ਥੱਲੇ ਬਾਕੀ ਅੰਦਾਜ਼ਾ ਜਿਹਨੂੰ ਲੱਗਿਆ ਹੋਵੇ ਵੀ ਮੈਂ ਕਿੱਥੇ ਜਾ ਰਿਹਾ ਉਹ ਮੈਨੂੰ ਦੱਸ ਸਕਦਾ ਕਮੈਂਟ ਕਰਕੇ ਵੀ ਮੈਂ ਕਿਹੜੀ ਧਾਰਮਿਕ ਸਥਾਨ 'ਤੇ ਚੱਲਾਂ ਲਓ ਜੀ ਪਹੁੰਚ ਗਏ ਆਪਾਂ ਲੀਜ਼ੀਅਮ ਦੇ ਮੂਹਰੇ ਅਤੇ ਆਹ ਹੈਗਾ ਮੋਟੂ ਪਿੱਛੇ ਬਹਿ ਜਾ ਪਿੱਛੇ ਲਓ ਵੀ ਮੋਟੂ ਵੀ ਚੱਕ ਲਿਆ ਆ ਅਤੇ ਹੁਣ ਸਫ਼ਰ ਸ਼ੁਰੂ ਕਰ ਲਿਆ ਆਪਾਂ ਅਤੇ ਮੋਟੂ ਚਾਹ ਚੂਹ ਪੀਤੀ ਆ ਮੈਂ ਨਹੀਂ ਪੀਤੀ ਕੁਛ ਵੀ ਨਾ ਮੈਂ ਕੁਛ ਖਾਧਾ ਨਾ ਮੈਂ ਕੁਛ ਪੀਤਾ ਚਾਹ ਪੀ ਲਾਂਗੇ ਰਾਹ 'ਚੋਂ ਚਲੋ ਹੋਰ ਕਿੱਦਾਂ ਰਿਹਾ ਫਿਰ ਚੱਲ ਵਧੀਆ ਵਧੀਆ ਲਓ ਵੀ ਮਿੱਤਰੋ ਜਾ ਰਹੇ ਹਾਂ ਹੁਣ ਆਪਾਂ ਨਾਲ ਦੇ ਬਲੌਗ ਦੇ ਵਿੱਚ ਬਣੇ ਰਹੋ ਨਾਲ ਨਾਲ ਅਤੇ ਗੈਸ ਲਾ ਕੇ ਦੱਸਿਓ ਵੀ ਆਪਾਂ ਜਾ ਕਿੱਥੇ ਰਹੇ ਹਾਂ ਪਾਉਂਦੇ ਹਾਂ ਵੀਡੀਓ ਅੱਗੇ ਜਾ ਕੇ ਥੋੜ੍ਹਾ ਜਿਹਾ ਆਪਾਂ ਧੁੰਦ ਤਾਂ ਬਹੁਤ ਜ਼ਿਆਦਾ ਆ ਆਹ ਦੇਖੋ ਜਰਾ ਧੁੰਦ ਏ ਧੁੰਦ ਆ ਸਾਰੇ ਪਾਸੇ ਅਤੇ ਇਸੇ ਕਰਕੇ ਹੌਲੀ ਜਾ ਰਹੇ ਹਾਂ ਓਕੇ ਦੇਖੋ ਸਾਰੇ ਪਾਸੇ ਔਸ ਜੰਮੀ ਪਈ ਧੁੰਦ ਆ ਪੂਰੀ ਐਨ ਲਓ ਵੀ ਮਿੱਤਰੋ ਅਸੀਂ ਕਠਾਰ ਲੰਘ ਗਏ ਹਾਂ ਅਤੇ ਧੁੰਦ ਬਹੁਤ ਜ਼ਿਆਦਾ ਆ ਗੱਡੀ ਆਪਾਂ ਹੌਲੀ ਰੱਖੀ ਆ ਕਿਤੇ ਕਿਤੇ ਧੁੱਪ ਨਿਕਲੀ ਆ ਅਤੇ ਕਿਤੇ ਕਿਤੇ ਬਹੁਤ ਜ਼ਿਆਦਾ ਮੌਸ ਪਈ ਆ ਔਰ ਧੁੰਦ ਬਹੁਤ ਜ਼ਿਆਦਾ ਫਿਰ ਵੀ ਆਪਾਂ ਹੌਲੀ ਹੌਲੀ ਜਾ ਰਹੇ ਹਾਂ ਹੁਸ਼ਿਆਰਪੁਰ ਪਹੁੰਚਣ ਵਾਲੇ ਹਾਂ ਸੋਨਾ ਵੀ ਘੱਟ ਆਪਣਾ ਥੱਲੇ ਆਪਾਂ ਅਤੇ ਚੰਗਾ ਹੋਇਆ ਗੱਡੀ ਦਾ ਕੰਮ ਆਪਾਂ ਟਾਈਮ ਨਾਲ ਨਹੀਂ ਕਰਾ ਰਿਹਾ ਨਹੀਂ ਤਾਂ ਆਪਾਂ ਰਾਹ 'ਚ ਹੀ ਰਹਿ ਜਾਣਾ ਸੀਗਾ ਸਰਵਿਸ ਵਗੈਰਾ ਸਾਰੇ ਹੀਟਰ ਵਗੈਰਾ ਪਵਾ ਲਏ ਸੀ ਟਾਈਮ ਨਾਲ ਅਤੇ ਹੁਣ ਜਾ ਰਹੇ ਹਾਂ ਬਣੇ ਰਹੋ ਅੱਜ ਦੇ ਬਲੌਗ ਦੇ ਨਾਲ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਕਿੱਥੇ ਜਾ ਰਹੇ ਪਰ ਅਗਲੇ ਦੱਸਣਾ ਨਹੀਂ ਲਓ ਵੀ ਮਿੱਤਰੋ ਸੋਨਾਲੀਕਾ ਟੱਪ ਚੱਲੇ ਆਪਾਂ ਟਰੈਕਟਰ ਦੇਖੋ ਸੋਨਾਲੀਕਾ ਦੇ ਇਹ ਪ੍ਰਾਈਵੇਟ ਲਿਮਿਟਡ ਕੰਪਨੀ ਹੈ ਇੱਥੇ ਬਹੁਤ ਵੱਡਾ ਇਹਨਾਂ ਦਾ ਜਿਹੜਾ ਹੈਗਾ ਸਾਰਿਆਂ ਨੂੰ ਪਤਾ ਹੀ ਹੋਣਾ ਬਹੁਤ ਵੱਡੀ ਕੰਪਨੀ ਹੈ ਇਹ ਸੋਨਾਲੀਕਾ ਕੰਪਨੀ ਅਤੇ ਆਪਾਂ ਹੁਸ਼ਿਆਰਪੁਰ ਪਹੁੰਚਣ ਵਾਲੇ ਹੀ ਆ ਬਸ ਹੁਣ ਸੜਕਾਂ ਬਹੁਤ ਖਰਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਆਪਾਂ ਜਾ ਰਹੇ ਹਾਂ ਅੱਜ ਲੰਬੇ ਰੂਟ ਤੇ ਪਰ ਦੱਸਣਾ ਨਹੀਂ ਕਿੱਥੇ ਜਾ ਰਹੇ ਸਰਪ੍ਰਾਈਜ਼ ਹੈ ਇੱਕ ਬਹੁਤ ਤਗੜਾ ਜਾ ਰਹੇ ਸੀ ਵੀ ਲੰਬੇ ਰੂਟ ਤੇ ਅੱਜ ਸਾਡੇ ਉਸਤਾਦ ਦੀ ਗੱਡੀ ਡਰੋਪ ਕਰ ਰਹੇ ਆ
ਚਲਾ ਰਹੇ ਆ ਠੀਕ ਹੈ ਜੀ ਬਸ ਹੋਰ ਘੰਟੇ ਡੇਢ ਘੰਟੇ ਤੱਕ ਪਹੁੰਚ ਜਾਣਾ ਫਿਰ ਤੁਹਾਨੂੰ ਸਰਪ੍ਰਾਈਜ਼ ਦੇਵਾਂਗੇ ਉੱਧਰੋਂ ਹੁਸ਼ਿਆਰਪੁਰ ਪਹੁੰਚ ਗਏ ਆ ਰਾਹ 'ਚ ਰੁਕੇ ਸੀ ਲੱਤਾਂ ਲੁੱਤਾਂ ਸਿੱਧੀਆਂ ਕਰਨ ਵਾਸਤੇ ਮੋਟੂ ਚਾਹ ਕਿੱਥੋਂ ਪੀਣੀ ਆਪਾਂ ਹੈਂ ਆਪਣਾ ਢਾਬਾ ਉਹ ਜਿੱਥੇ ਪਹਿਲਾਂ ਉਹਦਾ ਹਾਲੇ ਬਹੁਤ ਦੂਰ ਆ ਯਾਰ ਹੁਸ਼ਿਆਰਪੁਰ ਟੱਪ ਕੇ ਪੀਂਦੇ ਹਾਂ ਚੱਲ ਚੱਲੀਏ ਫਿਰ ਲਾਗੋ ਬਈ ਚੱਲ ਰੱਬਾ ਤੂੰ ਵੀ ਬਹੁਤ ਦੁਖੀ ਕਰਦਾ ਓਏ ਮੋਟੂ ਮਹਾਰਾਣਾ ਪ੍ਰਤਾਪ ਚੌਂਕ ਯਾਰ ਚਾਹ ਪੀਣੀ ਹੁਣ ਕਿਤੇ ਰੁਕ ਕੇ ਚਾਹ ਪੀਏ ਯਾਰ ਇੱਥੇ ਮੌਸਮ ਵਧੀਆ ਇੱਥੇ ਧੁੱਪ ਨਿਕਲੀ ਆ ਯਾਰ ਲਓ ਵੀ ਮਿੱਤਰੋ ਰੁਕ ਗਏ ਅਸੀਂ ਹੁਸ਼ਿਆਰਪੁਰ ਟੱਪ ਕੇ ਅਤੇ ਹੁਣ ਅਸੀਂ ਪੀਣੀ ਹੈ ਚਾਹ ਅਤੇ ਆਪਣਾ ਮਿੱਤਰ ਰੁਕ ਗਿਆ ਚਾਹ ਬਣਾਉਣ ਵਾਸਤੇ ਆਹ ਹੈਗਾ ਚੌਂਕ ਆਪਣਾ ਹੁਸ਼ਿਆਰਪੁਰ ਦਾ ਚੌਂਕ ਅਤੇ ਇੱਥੋਂ ਹੁਣ ਪੀਵਾਂਗੇ ਚਾਹ ਦੋ ਕੱਪ ਕਹਿ ਦੇ ਯਾਰ ਉਰੇ ਮਿੱਠੀਆਂ ਵੀ ਗਲਾ ਨਾਲ ਮਿੱਠੀਆਂ ਮਿੱਠੀਆਂ ਲੂਣ ਵਾਲੀਆਂ ਕੁਛ ਕਹਿਣਾ ਚਾਹੋਗੇ ਤੁਸੀਂ ਭਾਜੀ ਅਸੀਂ ਸਾਰਿਆਂ ਦਾ ਕੀਤਾ ਭਰਾ ਸਾਡਾ ਕੋਈ ਵੀ ਨਹੀਂ ਚੱਲ ਕੋਈ ਗੱਲ ਟੈਨਸ਼ਨ ਨਹੀਂ ਲਈ ਸਾਰਿਆਂ ਦਾ ਕਰੀਦਾ ਪਰ ਸਾਡਾ ਨਹੀਂ ਕੋਈ ਗੱਲ ਬਾਰਾ ਰੱਖ ਤਾਂ ਹੈਗਾ ਹੀ ਆ ਉਹਦਾ ਕਰਦਾ ਹੀ ਕਰਦਾ ਚੱਲ ਇਹ ਸਾਰਿਆਂ ਨੂੰ ਕਹਿ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਲਾਈਟ ਦਾ ਬਟਨ ਦਬਾਓ ਘੰਟੀ ਦਬਾਓ ਜੀ ਓਕੇ ਮੈਂ ਸੌਂ ਗਿਆ ਪੂਰਾ ਗਲਪ ਗਿਆ ਮਤਲਬ ਚਾਹ ਆ ਗਈ ਆ ਚਾਹ ਪੀ ਰਹੇ ਹਾਂ ਹੁਣ ਅਤੇ ਚਾਹ ਪੀ ਕੇ ਆਪਾਂ ਹੁਣ ਤੁਰ ਪੈਣਾ ਆ ਜਲਦੀ ਜਲਦੀ ਪੀ ਲਾ ਓਏ ਓਏ ਭੱਟੂ ਜਲਦੀ ਪੀ ਲਾ ਚੰਡਾ ਹੀ ਆ ਹੁਣ ਲੈਣੀ ਮਿੱਟੀ ਤੂੰ ਲੈ ਲਾ ਮਿੱਟੀ ਲੈਣੀ ਤਾਂ ਮੈਂ ਨਹੀਂ ਲੈਣੀ ਹਾਂਜੀ ਭਾਅ ਜੀ ਚਾਹ ਚੂਹ ਦਾ ਕੀ ਪ੍ਰੋਗਰਾਮ ਆ ਸਾਹਿਬ ਜੀ ਚਾਹ ਤਾਂ ਅਸੀਂ ਹੁਣ ਪੀ ਲਈ ਆ ਚਾਹ ਹੀ ਪੀ ਜਾਣੀ ਹੁਣ ਅੱਗੇ ਜਾ ਕੇ ਰੋਟੀ ਰੁਟੀ ਖਾਵਾਂਗੇ ਸਵੇਰ ਦਾ ਮੈਂ ਪਾਣੀ ਨਹੀਂ ਪੀਤਾ ਜੀ ਗੋਰੇ ਚਲੋ ਆਪ ਹਿਸਾਬ ਲਾ ਲਾ ਭਾਜੀ ਅਸੀਂ ਵੀ ਤਾਂ ਨਾਈਟ ਡਿਊਟੀ ਕਰਕੇ ਸਿੱਧਾ ਇਹਨੂੰ ਆ ਗਏ ਹਾਂ ਰਾਜੀ ਤੈਨੂੰ ਚੱਕ ਰਿਹਾ ਹੋਰ ਕੀ ਆ ਦੇ ਲਾ ਆਪਾਂ ਘਰੇ ਵੀ ਨਹੀਂ ਗਏ ਹੈ ਆਪਾਂ ਘਰੇ ਵੀ ਨਹੀਂ ਗਏ ਉਹੀ ਤਾਂ ਗੱਲ ਘਰੇ ਜਾ ਕੇ ਤੂੰ ਆਪ ਲੈਣੇ ਇਹਦੇ ਨਾਲ ਇਹ ਸਾਰੇ ਜਣੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੋਰ ਘੰਟੀ ਅਸੀਂ ਚੱਲੇ ਕਿੱਥੇ ਸਾਰੇ ਜਣੇ ਪਹਿਲਾਂ ਇਹ ਦੇਖੋ ਅੱਜ ਸਰਪ੍ਰਾਈਜ਼ ਆ ਕਿੱਥੇ ਰਹੇ ਆਪਾਂ ਸਰਪ੍ਰਾਈਜ਼ ਆ ਬਹੁਤ ਤਗੜਾ ਭਾਈ ਵਾਹ ਜੀ ਅਸੀਂ ਹੁਣ ਜਾ ਰਹੇ ਪਹਾੜੀਆਂ ਵਾਲੇ ਲੱਗ ਲੱਗ ਰਹੇ ਆ ਕਮੈਂਟ ਵਿੱਚ ਦੱਸਣਾ ਵੀ ਜਾ ਕਿੱਥੇ ਰਹੇ ਆ ਔਰ ਇੱਕ ਇੱਕ ਦੱਸਣਾ ਦੋ ਜਗ੍ਹਾ ਨਹੀਂ ਦੱਸਣੀ ਇੱਕ ਜਗ੍ਹਾ ਦੱਸਣੀ ਕਰੈਕਟ ਅਤੇ ਜਿਹੜੇ ਲਾ ਦਿੱਤੀ ਆ ਉਹ ਮੰਨ ਜਾਵਾਂਗੇ ਆਪਾਂ ਓਵੇਂ ਮਿੱਤਰੋ ਪਹਿਲੀ ਚੜ੍ਹਾਈ ਸ਼ੁਰੂ ਹੋ ਗਈ ਆ ਅਤੇ ਪਹਾੜਾਂ ਦੇ ਨਜ਼ਾਰੇ ਲਓ ਦੇਖੋ ਵਲੌਗ ਨੂੰ ਪੂਰਾ ਦੇਖੋ ਵੀਡੀਓ ਨੂੰ ਅਤੇ ਤਾਂ ਹੀ ਮਜ਼ਾ ਆਊਗਾ ਲਓ ਜੀ ਬਾਂਦਰਾਂ ਨੂੰ ਪਾਉਣ ਵਾਸਤੇ ਮੌਕੀਆਂ ਨੂੰ ਦੋ 50 ਰੁਪੀਸ ਆ ਮੇਰਾ ਬੈਗ ਦੇ ਲਓ ਵੀ ਮਿੱਤਰੋ ਪਹਾੜੀਆਂ ਦੇ ਵਿੱਚ ਪਹੁੰਚ ਗਏ ਆਪਾਂ ਅਤੇ ਮੌਕੀਆਂ ਨੂੰ ਆਪਾਂ ਨਾ ਰੋਟੀਆਂ ਪਾਉਣੀਆਂ ਜਿਹੜੀਆਂ ਰਹੀਆਂ ਡਬਲ ਰੋਟੀਆਂ ਅਤੇ ਇੱਥੇ ਡਰਾਈਵ ਵੀ ਧਿਆਨ ਨਾਲ ਕਰਨੀ ਪੈਣੀ ਆ ਖਤਰਾ ਆ ਖਤਰਾ ਬਹੁਤ ਵਧੀਆ ਮੌਸਮ ਹੈ ਬਹੁਤ ਵਧੀਆ ਗੋਰੇ ਇੱਧਰ ਤਾਂ ਯਾਰ ਬਹੁਤ ਖੂਬਸੂਰਤ ਮੌਸਮ ਲਓ ਵੀ ਮਿੱਤਰੋ ਆਹ ਦੇਖੋ ਜਰਾ ਪਹਾੜੀਆਂ ਦੇ ਨਜ਼ਾਰੇ ਆਹ ਦੇਖੋ ਜਰਾ ਕਿਆ ਬਾਤ ਹੈ ਕੁਦਰਤ ਦੇ ਨਜ਼ਾਰੇ ਦੇਖੋ ਤੁਸੀਂ ਸਾਰੇ ਜਣੇ ਪਹਾੜੀਆਂ ਪਹਾੜੀਆਂ ਨਾ ਜੰਗਲੇ ਜੰਗਲ ਆ ਆਹ ਮੋਟੂ ਘੁੰਮਣ ਡਿਆ ਆਹ ਛਾਲਾ ਸਾੜਨਾ ਮਾਰਦੀ ਕਿਤੇ ਅਤੇ ਇੱਧਰਲੇ ਪਾਸੇ ਹੈ ਆਹੋ ਥੱਲੇ ਤੈਨੂੰ ਫੜ ਇਹ ਕੰਮ ਆ ਮੈਨੂੰ ਅਤੇ ਆਹ ਪਿੱਛੇ ਗਾਈਆਂ ਆ ਗਲੀ ਇੱਥੇ ਕਿਆ ਬਾਤ ਹੈ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਲੋਕੇਸ਼ਨ ਆ ਅਸੀਂ ਦੇਖ ਕੇ ਰੁਕੇ ਆਹ ਲੋਕੇਸ਼ਨ ਦੇਖੋ ਕੁਰਸੀਆਂ ਵੀ ਲੱਗੀਆਂ ਹੋਈਆਂ ਆਹ ਕੁਰਸੀਆਂ ਲੱਗੀਆਂ ਹੋਈਆਂ ਅਤੇ ਆਹ ਦੇਖੋ ਕਿਆ ਬਾਤ ਹੈ ਨਜ਼ਾਰੇ ਨਜ਼ਾਰੇ ਆ ਓਕੇ ਰਿਪੋਰਟ ਸ਼ੁਰੂ ਕਰੋ ਜੀ ਸ਼ੁਰੂ ਵੀ ਬੇਚਾਰੀਆਂ ਭੁੱਖੀਆਂ
ਉਹ ਤਰੀ ਨੂੰ ਲੜਦੀ ਓਏ ਲੜਦੀਆਂ ਐ ਲੜਦੀਆਂ ਵੀਡੀਓ ਬਣਾਈ ਜਾਈ ਅੱਛਾ ਰੁਕੀ ਤਾਂ ਨਹੀਂ 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 ਲੜਦੀਆਂ 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 ਤੂੰ ਪਰੇ ਹੋ ਜਾ ਤੇਰੇ ਨਾ ਕਿਤੇ ਮਾਰ ਦੇਣ ਚੱਲ ਹੁਣ ਤੂੰ ਬਹੁਤ ਲੜਦੀ ਐ ਤੈਨੂੰ ਨਹੀਂ ਪਾਉਣੀ ਆ ਗਈ ਤੇਰੇ ਹੱਲੇ ਆਉਂਦੀਆਂ ਹੁਣ ਓ ਚੱਲ ਤੂੰ ਓ ਭਰਾਵਾ ਦੇ ਤਾਂ ਉੱਪਰੇ ਚੜਨ ਨੂੰ ਕਰਦੀਆਂ ਆ ਚਲੋ 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 ਉਹਨਾਂ ਨੇ ਘੇਰਾ ਪਾ ਲਿਆ ਆਪਾਂ ਨੂੰ ਗਾਈਆਂ ਜਿਹੜੀਆਂ ਤੁਸੀਂ ਦੇਖ ਹੀ ਸਕਦੇ ਆ ਕਿੱਦਾਂ ਮਗਰ ਪੈ ਗਈਆਂ ਸੀਗੀਆਂ ਇਹਦੀ ਵਿਚਾਰੀਆਂ ਰੱਬ ਦੀਆਂ ਮਾਰੀਆਂ ਆਪਾਂ ਸਫ਼ਰ ਸ਼ੁਰੂ ਕਰ ਲਿਆ ਜਾ ਰਹੇ ਹਾਂ ਕਾਫੀ ਟਾਈਮ ਹੋ ਗਿਆ ਰਾਹ ਦੇ ਵਿੱਚ ਵੀ ਰੁਕਣਾ ਆਪਾਂ ਔਰ ਕੁਛ ਖਾਵਾਂ ਪੀਵਾਂਗੇ ਵੀ ਦੇਖਦੇ ਹਾਂ ਕਿਤੇ ਵਧੀਆ ਜਿਹਾ ਰੁਕਦੇ ਹਾਂ ਕਿਤੇ ਖਾਂਦੇ ਹਾਂ ਕੁਛ ਸਵੇਰ ਦਾ ਕੁਛ ਨਹੀਂ ਖਾਧਾ ਘਰੋਂ ਪਾਣੀ ਵੀ ਨਹੀਂ ਪੀਤਾ ਉਹੀ ਮਿੱਤਰੋ ਆ ਗਿਆ ਟੋਲ ਪਲਾਜ਼ਾ ਅਤੇ ਟੋਲ ਪਲਾਜ਼ਾ ਪਹੁੰਚ ਗਏ ਆਪਾਂ ਅਤੇ ਲਾਗੇ ਪਹੁੰਚਣ ਵਾਲੇ ਹਾਂ ਸਫ਼ਰ ਸਾਡਾ ਜਾਰੀ ਆ ਟੋਲ ਪਲਾਜ਼ਾ ਟੱਪ ਗਏ ਹਾਂ ਹੁਣ ਖਾਵਾਂਗੇ ਕੋਈ ਰੋਟੀ ਪਾਣੀ ਕਿਤੇ ਦੇਖਦੇ ਹਾਂ ਰੁਕਦੇ ਹਾਂ ਮਿੱਤਰੋ ਤੁਹਾਨੂੰ ਹੁਣ ਦੱਸ ਹੀ ਦਿੰਦੇ ਹਾਂ ਵੀ ਆਪਾਂ ਚੱਲੇ ਕਿੱਥੇ ਆਪਾਂ ਚੱਲੇ ਹਾਂ ਡੇਰਾ ਸਾਹਿਬ ਬਾਬਾ ਜੀ ਦੇ ਮੱਥਾ ਟੇਕਣ ਅਤੇ ਵੀ ਮੈਂ ਸੋਚਿਆ ਵੀ ਥੰਬਨੇਲ ਵੀ ਲਾਉਣਾ ਆ ਉਹਦੇ ਵਿੱਚ ਵੀ ਦਿਖਾਉਣਾ ਆ ਅਤੇ ਇੱਦਾਂ ਗੱਲ ਨਹੀਂ ਬਣਦੀ ਅਤੇ ਲਾਵਾਂਗੇ ਜੀ ਅਤੇ ਬਾਬਾ ਜੀ ਦੇ ਮੱਥਾ ਟੇਕਣ ਜਾ ਰਹੇ ਹਾਂ ਅਤੇ ਸ਼ੁਰੂ ਤੋਂ ਉੱਥੋਂ ਜਾਈਦਾ ਮੱਥਾ ਟੇਕੀ ਦਾ ਟਾਈਮ ਹੋ ਗਿਆ ਸੀ ਥੋੜ੍ਹਾ ਜਿਹਾ ਗਿਆ ਨੂੰ ਅਤੇ ਸਕੂਟਰੀ ਵੀ ਲਈ ਭਰਾ ਤੁਹਾਡੇ ਨੇ ਤਾਂ ਗਿਆ ਨਹੀਂ ਮੈਂ ਤੋਂ ਸ਼ੁਕਰਾਨਾ ਕਰਨ ਜਾ ਰਹੇ ਹਾਂ ਬਾਬਾ ਜੀ ਦਾ ਅਤੇ ਬਣੇ ਰਹੇ ਬਲੌਗ ਦੇ ਨਾਲ ਬੜਾ ਵੀ ਲਓ ਜੀ ਜਾ ਰਹੇ ਹਾਂ ਅੱਜ ਤੱਕ ਯਾਤਰਾ ਸਾਡੀ ਕੰਟੀਨਿਊ ਢਾਬਾ ਆ ਗਿਆ ਹੁਣ ਢਾਬੇ 'ਤੇ ਖਾਵਾਂਗੇ ਰੋਟੀ ਆਹ ਆ ਅਗਲਾ ਢਾਬਾ ਆ ਦੇ ਆਹ ਵਾਲਾ ਉਹ ਭਰਾਵਾ ਇਹ ਹੀ ਆ ਓਏ ਮਿੱਤਰੋ ਨਾਲ ਦਹੀਂ ਅਤੇ ਨਾਲ ਪਰੌਂਠੇ ਬ੍ਰੇਕਫਾਸਟ ਸਾਡਾ ਰੈਡੀ ਆ ਰੋਟੀ ਖਾ ਕੇ ਤਾਂ ਆਪਾਂ ਨਿਕਲ ਪੈਣਾ ਹੁਣ ਉਹ ਖੜੀ ਆਪਣੀ ਜਾਊਂਗਾ ਗੋਰੇ ਨਾਲ ਚਾਹ ਚਾਹ ਤਾਂ ਪੀਣੀ ਪੈਣੀ ਹੈ ਹਾਂਜੀ ਚਾਹ ਪੀ ਦਿਓ ਹੋਰ ਭਰਾਵਾ ਗਿਆ ਢਿੱਡ 'ਚ ਹੋਰ ਕਰਾ ਹੋਣ ਡਈ ਸੀ ਭੁੱਖ ਲੱਗੀ ਸਵੇਰ ਦਾ ਕੁਛ ਖਾਧਾ ਪੀਤਾ ਨਹੀਂ ਹੈ ਨਾ ਕੁਛ ਵੀ ਨਹੀਂ ਖਾਧਾ ਸੀਗਾ ਢਿੱਡ 'ਚ ਪਤਾ ਨਹੀਂ ਇੱਦਾਂ ਦਾ ਕੁਛ ਹੋਈ ਜਾਂਦਾ ਹੋਰ ਤਰ੍ਹਾਂ ਹੋ ਗਿਆ ਇੱਦਾਂ ਇੱਦਾਂ ਦਾ ਕੀ ਹੋ ਗਿਆ ਬਹੁਤ ਹਾਲ ਹੋ ਗਿਆ ਸ਼ੂਗਰ ਆ ਰੋਟੀ ਖਾ ਰਹੇ ਹੁਣ ਚਾਹ ਪੀਂਦੇ ਉੱਪਰ ਉਹ ਕਦੀ ਇਹਨੂੰ ਕਦੀ ਇਹਨੂੰ ਚਾਹ ਇੱਦਾਂ ਇੱਦਾਂ ਦਾ ਰੋਲ ਦਬਾਅ ਘੁੰਮਣ ਲੱਗ ਪਿਆ ਚਾਹ ਵੀ ਪੀ ਲਈ ਆ ਰੋਟੀ ਵੀ ਖਾ ਲਈ ਆ ਸਵੇਰ ਦਾ ਕੁਛ ਖਾਧਾ ਨਹੀਂ ਸੀਗਾ ਦਿਲ ਨੂੰ ਹੋਰ ਤਰ੍ਹਾਂ ਹੋਈ ਜਾਂਦਾ ਸੀ ਉੱਪਰੋਂ ਪਹਾੜੀ ਇਲਾਕਾ ਤੁਹਾਨੂੰ ਪਤਾ ਹੀ ਆ ਪਹਾੜੀ ਇਲਾਕੇ ਦੇ ਵਿੱਚ ਕੀ ਹਾਲ ਹੁੰਦਾ ਹੈ ਕਦੀ ਇੱਧਰ ਨੂੰ ਕਦੀ ਇੱਧਰ ਨੂੰ ਰੋਡ ਇੱਦਾਂ ਉੱਦਾਂ ਬਾਕੀ ਹੁਣ ਚੱਲ ਪਏ ਹਾਂ ਲਾਗੇ ਹੀ ਆ ਗਏ ਬਸ ਹੁਣ ਥੋੜ੍ਹਾ ਟਾਈਮ ਹੀ ਰਹਿੰਦਾ ਬਾਕੀ ਵਧੀਆ ਮੌਸਮ ਵੀ ਵਧੀਆ ਆ ਧੁੱਪ ਜ਼ਿਆਦਾ ਹੋ ਗਈ ਆ ਹੁਣ ਧੁੱਪ ਚੁੱਭਣ ਲੱਗ ਪਈ ਆ ਪਹਾੜੀ ਇਲਾਕੇ ਦੇ ਵਿੱਚ ਠੰਡ ਵੀ ਬਹੁਤ ਜ਼ਿਆਦਾ ਹੁੰਦੀ ਤਾਂ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਆਈ ਹੋਪ ਕਿ ਤੁਸੀਂ ਇੰਜੋਏ ਕਰਦੇ ਹੋਵੋਗੇ ਬੋਲ ਵੀ ਨਹੀਂ ਹੋ ਰਿਹਾ ਹੋਰ ਤਰ੍ਹਾਂ ਹੋ ਗਿਆ ਸਰ ਕੀ ਹੋ ਗਿਆ ਰੋਡ ਬਣਨ ਡਿਆ ਹੋਇਆ ਲਾ ਰਾਹ ਦੇ ਵਿੱਚ ਖੜ ਗਏ ਹਾਂ ਹੁਣ ਮੌਕੀਆਂ ਨੂੰ ਪਾਉਣਾ ਸੀ ਹੁਣ ਬ੍ਰੈਡ ਚੱਲ ਹੋ ਜਾ ਸਾਈਡ ਤੇ ਇੱਦਾਂ ਨਹੀਂ ਹੈ ਨਹੀਂ ਲੈਣੇ ਡਰੀ ਜਾਣਾ ਉਹਨਾਂ ਨੇ ਇੱਦਾਂ ਦਾ
ਲਾਗੇ ਆ ਗਏ ਆਪਾਂ ਬਾਬਾ ਜੀ ਦਾ ਦਰਬਾਰ ਇੱਥੋਂ ਦਿਸਣ ਲੱਗ ਪਿਆ ਆ ਤੇ ਬਣੇ ਰਹੋ ਸਭ ਤੋਂ ਪਹਿਲਾਂ ਆਪਾਂ ਜਾਣਾ ਧੌਲੀਧਾਰ ਮੱਥਾ ਟੇਕਣ ਉਸ ਤੋਂ ਬਾਅਦ ਮੱਥਾ ਟੇਕਣਾ ਆ ਮਰਨਾ ਨਹੀਂ ਗਾ ਆਪਾਂ ਤੂੰ ਚਲਾਉਣਾ ਘਰ ਨੂੰ ਵੀ ਜਾਣਾ ਆ ਮੈਂ ਤਾਂ ਇੰਸ਼ੋਰੈਂਸ ਵੀ ਨਹੀਂ ਕਰਾਈ ਆਪਣੀ ਤੇ ਮੈਂ ਕਿਹੜਾ ਬੀਮਾ ਕਰਾਇਆ ਲੈ ਲੋ ਭਰਾਵਾ ਦੇ ਚੱਲ ਚੱਲ ਚਲੀਏ ਪੂਰੀ ਚੜ੍ਹਾਈ ਆ ਗਈ ਪੂਰੀ ਐ ਨਾਲ ਤੇ ਬਾਬਾ ਜੀ ਦਾ ਡੇਰਾ ਵੀ ਲੱਗ ਆ ਗਿਆ ਸਭ ਤੋਂ ਪਹਿਲਾਂ ਆਪਾਂ ਜਾਵਾਂਗੇ ਧੌਲੀਧਾਰ ਇਸ਼ਨਾਨ ਕਰਾਂਗੇ ਉਸ ਤੋਂ ਬਾਅਦ ਫਿਰ ਬਾਬਾ ਜੀ ਦੇ ਮੱਥਾ ਟੇਕਣਾ ਮਿੱਤਰੋ ਆਹ ਹੈਗਾ ਧੌਲੀਧਾਰ ਸਾਹਿਬ ਦਾ ਰਾਸਤਾ ਧੌਲੀਧਾਰ ਸਾਹਿਬ ਦਾ ਰਾਸਤਾ ਅਤੇ ਆਹ ਹੈਗਾ ਵਿਊ ਦੇਖੋ ਅਸੀਂ ਜਾ ਰਹੇ ਹਾਂ ਹੁਣ ਥੱਲੇ ਇਸ਼ਨਾਨ ਕਰਨ ਵਾਸਤੇ ਅਤੇ ਬਣੇ ਰਹੋ ਬਲੌਗ ਦੇ ਨਾਲ ਸਾਡੀ ਹੋ ਗਈ ਆ ਅਤੇ ਇੱਥੇ ਗੱਡੀਆਂ ਖੜੀਆਂ ਕੀਤੀਆਂ ਸੰਗਤਾਂ ਨੇ ਅਤੇ ਅਸੀਂ ਵੀ ਜਾ ਰਹੇ ਹਾਂ ਹੁਣ ਤੁਰ ਕੇ ਗੱਲ ਇੱਥੋਂ ਦੀ ਇਹ ਆ ਵੀ ਇੱਥੇ ਆ ਕੇ ਐਨ ਸ਼ਾਂਤੀ ਮਿਲਦੀ ਆ ਮਾਇੰਡ ਰਿਲੈਕਸ ਹੋ ਜਾਂਦਾ ਪੂਰਾ ਕੋਈ ਚੱਕਰ ਹੀ ਨਹੀਂ ਗਾ ਐਨ ਵਧੀਆ ਟੈਨਸ਼ਨ ਫਰੀ ਹੋ ਜਾਂਦਾ ਮਨ ਅਤੇ ਹੁਣ ਆਪਾਂ ਜਾ ਰਹੇ ਹਾਂ ਅੰਦਰ ਅਤੇ ਇਹ ਹੈਗੀ ਐਂਟਰੀ ਲਓ ਜੀ ਐਂਟਰੀ ਹੋ ਗਈ ਆਪਣੀ ਅਤੇ ਪਹਿਲੀਆਂ ਆਪਾਂ ਲੈ ਲਈਆਂ ਹੁਣ ਇਹਦੇ ਵਿੱਚ ਜਲ ਭਰਾਂਗੇ ਇਸ਼ਨਾਨ ਕਰਦੇ ਕਰਦੇ ਆਹ ਹੈਗੀ ਦੁਕਾਨ ਦੁਕਾਨਾਂ ਬਹੁਤ ਵਧੀਆ ਵਧੀਆ ਹੁੰਦੀਆਂ ਇੱਥੇ ਚਲੋ ਫਿਰ ਚੱਲਦੇ ਹਾਂ ਹੁਣ ਜਾ ਰਹੇ ਹਾਂ ਆਪਾਂ ਧੌਲੀਧਾਰ ਇਸ਼ਨਾਨ ਕਰਨ ਅਤੇ ਇਸ਼ਨਾਨ ਤਾਂ ਪੂਰਾ ਨਹੀਂ ਕਰਨਾ ਧੌਲੀਧਾਰ ਦੇ ਥੱਲੇ ਲੰਘ ਜਾਣਾ ਆਪਾਂ ਅਤੇ ਜਲ ਭਰਨਾ ਜ਼ਰੂਰੀ ਹੈ ਜਲ ਜ਼ਰੂਰ ਲੈ ਕੇ ਜਾਣਾ ਇੱਥੇ ਉੱਪਰ ਵੀ ਕੰਸਟਰਕਸ਼ਨ ਦਾ ਕੰਮ ਚੱਲਦਾ ਪਿਆ ਬਹੁਤ ਵਧੀਆ ਫੈਸਿਲਿਟੀਆਂ ਬਹੁਤ ਵਧੀਆ ਦੇਈ ਜਾਂਦੇ ਆ ਉਹਦੇ ਚੰਗੀ ਤਰ੍ਹਾਂ ਇਸ਼ਨਾਨ ਕਰ ਲਈ ਅੱਛਾ ਪਾਣੀ ਬਹੁਤ ਠੰਡਾ ਹੋਣਾ ਹੈ ਥੱਲੇ ਦੀ ਹੋ ਜਾਣਾ ਧੌਲੀਧਾਰ ਦਿਓ ਥੱਲੇ ਜਿਹੜਾ ਮੈਟ ਆ ਉਹ ਵੀ ਬਹੁਤ ਜ਼ਿਆਦਾ ਐਨ ਠੰਡਾ ਚਿਲਡ ਹੋਇਆ ਪਿਆ ਪੂਰਾ ਬਰਫ਼ 'ਚ ਲੱਗਾ ਪਿਆ ਸਤਨਾਮ ਵਾਹਿਗੁਰੂ ਤੁਸੀਂ ਮੇਰਾ ਮੈਂ ਕਿਹਾ ਬਿਲਕੁਲ ਨਹੀਂ ਬੰਦ ਕਰੋ ਇਹਦੇ ਵਿੱਚ ਤੁਸੀਂ ਦੱਸ ਦਿਓ ਵੀ ਤੁਸੀਂ ਇੱਥੇ ਵੀਡੀਓ ਨਹੀਂ ਬਣਾ ਸਕਦੇ ਨਹੀਂ ਬਣਾ ਸਕਦੇ ਨਹੀਂ ਬਣਾ ਸਕਦੇ ਕੀ ਨਾਮ ਤੁਹਾਡਾ ਨਾਮ ਕੀ ਤੁਹਾਡਾ ਮੇਰਾ ਨਾਮ ਮਹਿੰਦਰ ਸਿੰਘ ਮਹਿੰਦਰ ਸਿੰਘ ਤੇ ਕਿਹਦਾ ਹੁਕਮ ਆ ਇਹ ਨਹੀਂ ਬਣਾ ਸਕਦੇ ਹੁਕਮ ਪਿੱਛੋਂ ਆਇਆ ਇਹ ਨਾ ਬਾਈ ਕਿਹਦਾ ਨਾਮ ਨਾਮ ਲੈ ਦਿਓ ਮੈਂ ਕਿਹਾ ਬੰਦ ਕਰੋ ਨਾਮ ਲੈ ਦਿਓ ਤੁਸੀਂ ਮੈਂ ਕਿਹਾ ਸਵਾਮੀ ਹਰਨ ਦਾ ਆਰਡਰ ਹੈਗਾ ਅੱਛਾ ਇਸ਼ਨਾਨ ਅਸੀਂ ਕਰ ਲਿਆ ਹੁਣ ਚੱਲੇ ਆਪਾਂ ਬੀਰ ਸਾਹਿਬ ਆਓ ਫਿਰ ਤੁਹਾਨੂੰ ਲੈ ਚਲੀਏ ਹੁਣ ਬੀਰ ਸਾਹਿਬ ਲਓ ਜੀ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸਾਹਿਬ ਬੀਰ ਸਾਹਿਬ ਦਰਸ਼ਨ ਕਰੋ ਅਤੇ ਬਹੁਤ ਭਾਗਸ਼ਾਲੀ ਅੱਖਾਂ ਜਿਹੜੀਆਂ ਤੁਸੀਂ ਦਰਸ਼ਨ ਕਰ ਰਹੇ ਹਾਂ ਸਮਾਤ ਬੀਬੀ ਭਾਨੀ ਜੀ ਦੀ ਹੈ ਸਮਾਤ ਮਾਤਾ ਰਾਜ ਕੌਰ ਜੀ ਇਹ ਬੀਰ ਸਾਹਿਬ ਆ ਜੀ ਲਓ ਵੇ ਮਿੱਤਰੋ ਅਸੀਂ ਪਹੁੰਚ ਗਏ ਹੁਣ ਮੰਜੀ ਸਾਹਿਬ ਅਤੇ ਕਰੋ ਦਰਸ਼ਨ ਅਤੇ ਇੱਥੇ ਮੱਥਾ ਟੇਕਾਂਗੇ ਉਸ ਤੋਂ ਬਾਅਦ ਜਾਵਾਂਗੇ ਆਪਾਂ ਵਾਪਸੀ ਅਤੇ ਗੋਰੇ ਉਹ ਧੂਪ ਵਗੈਰਾ ਲੈ ਲਾ ਆ ਜਾ ਹੈਂ ਕਰੋ ਦਰਸ਼ਨ ਉੱਪਰਲੇ ਪਾਸੇ ਬਾਬਾ ਜੀ ਦੇ ਬਹੁਤ ਵਧੀਆ ਸਥਾਨ ਉਹ ਵੀ ਮਿੱਤਰੋ ਮੱਥਾ ਵੀ ਟੇਕ ਲਿਆ ਮੰਜੀ ਸਾਹਿਬ ਅਤੇ ਹੁਣ ਆਪਾਂ ਜਾਵਾਂਗੇ ਵਾਪਸ ਜੇ ਸਰੋਪਾ ਵੀ ਮਿਲ ਗਿਆ ਗੋਰੇ ਕੁਛ ਲੈਣਾ ਤਾਂ ਲੈ ਲਾ ਇੱਥੋਂ ਬਾਅਦ 'ਚ ਰਾਹ 'ਚ ਰੌਲਾ ਨਹੀਂ ਪਾਉਣਾ ਠੀਕ ਹੈ ਨਾ ਪ੍ਰਸ਼ਾਦ ਲੈ ਲਾ ਉੱਥੋਂ ਪਿੱਛੇ ਲੈ ਲੈਣਾ ਜਿੱਥੋਂ ਲਿਆ ਸੀ ਪਹਿਲਾਂ ਆਪਾਂ ਆਹ ਦੇਖੋ ਜੀ ਦੁਕਾਨਾਂ ਕਿੱਦਾਂ ਸਜੀਆਂ ਪਈਆਂ ਜੋ ਮਰਜ਼ੀ ਲੈ ਲਓ ਸਾਰਾ ਕੁਛ ਹੀ ਮਿਲ ਜਾਂਦਾ ਇੱਥੋਂ ਨਵੇਂ ਮਿੱਤਰੋ ਮੱਥਾ ਟੇਕ ਲਿਆ ਹੁਣ ਅਸੀਂ ਫਰੂਟ ਚਾਟ ਖਾਣ ਲੱਗੇ ਹਾਂ ਅੰਕਲ ਜੀ ਵਧੀਆ ਜਿਹਾ ਬਣਾ ਦਿਓ ਠੀਕ ਹੈ ਜੀ
ਅੰਕਲ ਬੋਲਦੇ ਨੇ ਅੰਕਲ ਪਤਾ ਨਹੀਂ ਕੀ ਖਾਈ ਜਾਂਦੇ ਆ ਫਰੂਟ ਚਾਟ ਹੀ ਖਾਈ ਜਾਂਦੇ ਅੰਕਲ ਨਹੀਂ ਨਹੀਂ ਅੰਕਲ ਰੋਟੀ ਨਹੀਂ ਖਾ ਕੇ ਡੇ ਅੰਕਲ ਫਰੂਟ ਚਾਟ ਹੀ ਖਾਂਦਾ ਅਤੇ ਵਧੀਆ ਵਧੀਆ ਫਰੂਟ ਚਾਟ ਲੱਗ ਗਈ ਆ ਕਚਾਲੂ ਪਾ ਦੇ ਲੈ ਵੀ ਚੱਕ ਬਿਨਾ ਕਚਾਲੂ ਤੋਂ ਓਏ ਚੱਕ ਲਾ ਬਿਨਾ ਕਚਾਲੂ ਤੋਂ ਕੀ ਬਾਤ ਹੈ ਅੰਕਲ ਜੀ ਬਹੁਤ ਵਧੀਆ ਓਕੇ ਰਿਪੋਰਟ ਆ ਵਧੀਆ ਹਾਂਜੀ ਵਾਪਸ ਜਾ ਰਹੇ ਹਾਂ ਜੀ ਵਾਪਸ ਜਾ ਰਹੇ ਹਾਂ ਜੀ ਹੁਣ ਰਵਾਨਗੀ ਹੋ ਰਹੀ ਆ ਰਵਾਨਗੀ ਹੋ ਰਹੀ ਆ ਵਾਪਸ ਜਾ ਰਹੇ ਹੁਣ ਐਂ ਨਾ ਵਧੀਆ ਦਰਸ਼ਨ ਹੋ ਗਏ ਬਾਬਿਆਂ ਦੇ ਅਤੇ ਬਲੌਗ ਵਿੱਚ ਤੁਸੀਂ ਦੇਖ ਹੀ ਸਕਦੇ ਆ ਸਤਿ ਸ਼੍ਰੀ ਅਕਾਲ ਜੀ ਲਓ ਜੀ ਦੁਕਾਨ 'ਤੇ ਪਹੁੰਚ ਗਏ ਹਾਂ ਇਹ ਆਈ ਹੋਪ ਕਿ ਤੁਸੀਂ ਬਲੌਗ ਨੂੰ ਇੰਜੋਏ ਕੀਤਾ ਹੋਊਗਾ ਅਤੇ ਇਸੇ ਤਰ੍ਹਾਂ ਨਵੇਂ ਤੋਂ ਨਵੇਂ ਬਲੌਗ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਅਤੇ ਲਾਈਕ ਜ਼ਰੂਰ ਕਰੋ ਮੇਰਾ ਵੀਰ ਅਤੇ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਔਰ ਫਿਰ ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ ਤਦ ਤੱਕ ਦੇ ਵਾਸਤੇ ਸਤਿ ਸ਼੍ਰੀ ਅਕਾਲ ਆਦਾਬ ਅਰਸੇ ਗੇਮ ਸ਼ੋਅ ਸਾਰਿਆਂ ਨੂੰ ਓਕੇ ਜੀ